ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਠੀਕ ਠਾਕ ਆ ਬਾਈ ਗਰੇਵਾਲ ਐਗਰੋ ਫਾਰਮਿੰਗ ਤੇ ਸਵਾਗਤ ਹੈ ਜੀ ਸਭ ਦਾ ਅੱਜ ਆਪਾਂ ਨਾ ਗੱਲ ਕਰਦੇ ਆ ਇੱਕ ਅਲੱਗ ਜਿਹੇ ਟੌਪਿਕ ਤੇ ਜਿਵੇਂ ਡੈਰੀ ਫਾਰਮ ਦੀ ਗੱਲ ਕਰਦੇ ਆ ਆਪਾਂ ਤਾਂ ਡੈਰੀ ਫਾਰਮ ਦੇ ਵਿੱਚ ਇੱਕ ਚੀਜ਼ ਹੁੰਦੀ ਆ ਵੀ ਆਪਣਾ ਮੇਨ ਮਕਸਦ ਹੁੰਦਾ ਵੀ ਇਨਕਮ ਸੋਰਸ ਬਣਾਉਣਾ ਡੈਰੀ ਫਾਰਮ ਜਦੋਂ ਖੋਲਦੇ ਆ ਤਾਂ ਉਹਦੇ ਵਿੱਚ ਇੱਕ ਚੀਜ਼ ਹੁੰਦਾ ਵੀ ਆਪਾਂ ਨੇ ਦੁੱਧ ਵੇਚਣਾ ਦੁੱਧ ਆਪਾਂ ਬਾਨਾਂ ਵਾਲਿਆਂ ਨੂੰ ਵੇਚਣਾ ਜਾਂ ਫਿਰ ਕਿਸੇ ਕੰਪਨੀ ਨੂੰ ਵੇਚਣਾ ਜਾਂ ਡੇਰੀ ਵਾਲੇ ਨੂੰ ਵੇਚਣਾ ਜਾਂ ਫਿਰ ਇਹ ਹੋ ਜਾਂਦਾ ਵੀ ਚਲੋ ਉਸ ਤੋਂ ਬਾਅਦ ਉਹਨਾਂ ਦੇ ਚੰਗੇ ਟੀਕੇ ਭਰਾਵਾਂਗੇ ਤੇ ਚੰਗੇ ਬੱਚੇ ਆ ਜਾਣਗੇ ਤੇ ਬਰੀਡਿੰਗ ਵਾਲੀ ਗੱਲ ਕਹਿ ਲੋ ਤੇ ਮੇਨ ਕੰਮ ਦੁੱਧ ਪਾਉਣ ਵਾਲਾ ਕੰਮ ਆਪਣੇ ਲਈ ਇੰਨਾ ਕੀ ਹੁੰਦਾ ਵੀ ਇਹ ਮੇਨ ਚੀਜ਼ ਇੰਨੀ ਕੀ ਆ ਹਨਾ ਵੀ ਦੁੱਧ ਪਾਲਿਆ ਜਾਂ ਬਰੀਡਿੰਗ ਵਾਲੀ ਗੱਲ ਕਰ ਲਈ ਬਰੀਡਿੰਗ ਵਾਲਾ ਕੰਮ ਥੋੜਾ ਜਿਆ ਮੁਸ਼ਕਲ ਹੁੰਦਾ ਆਪਾਂ ਨੂੰ ਲੱਗਦਾ ਸੌਖਾ ਪਰ ਜਦੋਂ ਆਪਾਂ ਵਿਚਰਦੇ ਹਾਂ ਇਸ ਕੰਮ ਦੇ ਵਿੱਚ ਤਾਂ ਇਹ ਔਖਾ ਹੋ ਜਾਂਦਾ ਤੇ ਦੁੱਧ ਵਾਲਾ ਕੰਮ ਆਪਾਂ ਨੂੰ ਐ ਹੋ ਜਾਂਦਾ ਵੀ ਇਹ ਆਪਣੀ ਰੋਜ਼ ਦੀ ਆਮਦਨ ਬਣ ਗਈ। ਤਾਂ ਦੇਖੋ ਪਹਿਲੀ ਗੱਲ ਤਾਂ ਇਹ ਵੀ ਪੈਸੇ ਨੂੰ ਪੈਸਾ ਹੀ ਖਿੱਚਦਾ ਹੈਗਾ ਇਹ ਕਾਰੋਬਾਰੀ ਅਸੂਲ ਆ। ਤੇ ਦੂਜੀ ਗੱਲ ਇਹ ਹੈਗੀ ਆ ਕਿ ਆਪਾਂ ਨਾ ਜਦੋਂ ਪੈਸੇ ਨੂੰ ਸਿੱਧੇ ਰੂਪ ਦੇ ਵਿੱਚ ਵਰਤਦੇ ਹਾਂ ਤਾਂ ਉਹ ਉਨਾ ਫਾਇਦਾ ਨਹੀਂ ਦਿੰਦਾ ਆਪਾਂ ਨੂੰ ਜਿੰਨਾ ਆਪਾਂ ਨੂੰ ਅਸਿੱਧੇ ਰੂਪ ਦੇ ਵਿੱਚ ਥੋੜਾ ਜਿਹਾ ਕਮਾ ਕੇ ਜਾਂ ਟੇਡੇ ਢੰਗ ਨਾਲ ਕਰਦਾ। ਤੋ ਚਲੋ ਅੱਜ ਆਪਾਂ ਥੋੜਾ ਜਿਹਾ ਇੱਕ ਹਟਮਾਂ ਜਿਹਾ ਹੀ ਵਿਸ਼ਾ ਹੈਗਾ ਤੇ ਸੁਣਿਓ ਬਾਈ ਬਣ ਕੇ ਜ਼ਰੂਰ ਇਸ ਗੱਲ ਨੂੰ ਕਿਉਂਕਿ ਸ਼ਾਇਦ ਇਹ ਮੈਨੂੰ ਲੱਗਿਆ ਵੀ ਕੰਮ ਦੀਆਂ ਗੱਲਾਂ ਹਨ ਤੁਹਾਡੇ ਨਾਲ ਭਰਾਵਾਂ ਨਾਲ ਇਹ ਗੱਲਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ ਤਾਂ ਉਸ ਚੀਜ਼ ਦੇ ਵਿੱਚ ਆਪਾਂ ਇਹ ਹੈਗਾ ਬਾਈ ਬਈ ਮੈਨੂੰ ਲੱਗਦਾ ਹਨ ਤੇ ਤੁਸੀਂ ਵੀ ਇਸ ਗੱਲ ਤੇ ਵਿਚਾਰ ਕਰਿਓ ਜਿਵੇਂ ਆਪਾਂ ਡੇਰੀ ਫਾਰਮ ਦੇ ਵਿੱਚ ਸਕੋਪ ਬਹੁਤ ਜ਼ਿਆਦਾ ਇਨਕਮ ਬਹੁਤ ਜ਼ਿਆਦਾ ਤੇ ਉਹਦੇ ਵੱਖ-ਵੱਖ 파ਟ ਨਹੀਂ ਵੀ ਆਪਾਂ ਕਿਹੜੇ 파ਟ ਚੋਂ ਕਿੰਨੀ ਕਿਨਕਮ ਲੈ ਸਕਦੇ ਹਾਂ ਚਲੋ ਉਸ ਟੌਪਿਕ ਤੇ ਗੱਲ ਆਪਾਂ ਲੱਗ ਤੋਂ ਕਰਾਂਗੇ ਤੇ ਹੁਣ ਆਪਾਂ ਪਹਿਲਾਂ ਉਸ ਕੰਮ ਤੇ ਆਈਏ ਵੀ ਜਿੱਥੇ ਆਪਣੀ ਲਾਗਤ ਘੱਟ ਹੋਵੇ ਤੇ ਮੁਨਾਫਾ ਜ਼ਿਆਦਾ ਤੇ ਖੇਚਲ ਵੀ ਘੱਟ ਹੋਵੇ ਉਹ ਟੌਪਿਕ ਹੈਗਾ ਬਈ ਅੱਜ ਕੱਲ ਜਿਵੇਂ ਆਪਾਂ ਛੋਟੇ ਲੈਵਲ ਦੀ ਗੱਲ ਕਰਦੇ ਹਾਂ ਬਹੁਤੇ ਵੱਡੇ ਕਿਸੇ ਫਾਰਮ ਦੀ ਗੱਲ ਨਹੀਂ ਕਰਦੇ ਆਮ ਜ਼ਿਮੀਂਦਾਰ ਆਮ ਕਿਸਾਨ ਜਾਂ ਛੋਟੇ ਫਾਰਮ ਦੀ ਗੱਲ ਉਹ ਇਵੇਂ ਆ ਵੀਰੇ ਵੀ ਦੇਖੋ ਬੱਚੀਆਂ ਕਟੀਆਂ ਆਪਾਂ ਲੋਕ ਪਾਲਣੋਂ ਹਟ ਗਏ ਪਰ ਉਸ ਚੀਜ਼ ਦੇ ਵਿੱਚ ਆਪਾਂ ਪ੍ਰੋਫਿਟ ਕਿੰਨਾ ਦਾ ਕਿੰਨੀ ਕੀ ਗੱਲਾਂ ਆਪਾਂ ਉਹ ਗੱਲ ਕਰਦੇ ਆਂ ਬੱਚੀਆਂ ਕਟੀਆਂ ਦੇਖੋ ਬੱਚੀ ਪਾਲਦੇ ਆ ਤਾਂ ਬੱਚੀ 2 ਸਾਲ ਦੇ ਸਾਹਮਣੇ ਆ ਜਾਂਦੀ ਆ ਕੱਟੀ ਪਾਲਦੇ ਆ ਤਾਂ ਉਹ 2.5 ਸਾਲ ਦੇ ਵਿੱਚ ਸਾਹਮਣੇ ਆ ਜਾਂਦੀ ਆ ਆਪਣੇ ਹਨਾ ਛੋਟਾ ਬੱਚਾ ਤੇ ਉਸ ਚੀਜ਼ ਦੇ ਵਿੱਚ ਜਦੋਂ ਆਪਾਂ ਛੋਟੇ ਬੱਚੇ ਪਾਲਦੇ ਆ ਉਹਨਾਂ ਨੂੰ ਪਾਲਦੇ ਪਾਲਦੇ ਹੋਏ ਆਪਾਂ ਨੂੰ ਐ ਲੱਗਣ ਲੱਗ ਜਾਂਦਾ ਵੀ ਯਾਰ ਇਹ ਖੇਚਲ ਆ ਖਰਚਾ ਹੈਗਾ ਸਾਹਮਣੇ ਪਰ ਕਈ ਵਾਰੀ ਇਹ ਹੋ ਜਾਂਦਾ ਆਪਾਂ ਨੂੰ ਕੋਈ ਚਵਾਈ ਵਾਲਾ ਨਹੀਂ ਮਿਲਦਾ ਜਾਂ ਚਵਾਈ ਚੂਈ ਦੀ ਦਿੱਕਤ ਹੈਗੀ ਆ ਮਸ਼ੀਨ ਦਾ ਪ੍ਰਬੰਧ ਨਹੀਂ ਜਾਂ ਪਸ਼ੂ ਮਸ਼ੀਨ ਲਵਾਉਂਦੇ ਤਾਂ ਦੇਖੋ ਬੱਚੇ ਵਾਲਾ ਬੱਚੇ ਪਾਲਣ ਵਾਲਾ ਕੱਟੀਆਂ ਵਾਲਾ ਮਸਲਾ ਜਾਂ ਬੱਚੀਆਂ ਵਾਲਾ ਇੱਕ ਪ੍ਰੋਫਿਟੇਬਲ ਤਾਂ ਹੁੰਦਾ ਦੇਖੋ ਧਾਰ ਕੱਢਣ ਵਾਲੀ ਸਮੱਸਿਆ ਖਤਮ ਹੋ ਜਾਂਦੀ ਆ ਕਿੰਨਾ ਕੁ ਖਾਜੂਗਾ ਪਸ਼ੂ ਕਿਲੋ ਦਾਣਾ ਸਵੇਰੇ ਕਿਲੋ ਸ਼ਾਮ ਨੂੰ ਪਲ ਜਾਂਦਾ ਯਾਨੀ ਵੇਖ ਜੇ ਆਪਾਂ ਤਕਰੀਬਨ 10 ਤੋਂ 15000 ਦੇ ਵਿੱਚ ਦੀ ਕੱਟੀ ਆਪਾਂ ਨੂੰ ਸਾਲਕ ਦੇ ਕਰੀਬ ਮਿਲ ਜਾਂਦੀ ਆ ਤੇ ਇੰਨੀ ਕ ਕੱਟੀ ਆਪਾਂ ਨੂੰ ਜਦੋਂ ਸਾਲਕ ਦੀ ਆਪਾਂ ਲੈਨੇ ਆ ਤਾਂ ਸਾਲਕ ਸੰਭਾਲ ਕਰਕੇ ਉਹਦੀ ਕਿੰਨਾ ਕੁ ਖਾਜੂ 2 ਕਿਲੋ ਮਿਨਰਲ ਮਿਕਸਚਰ ਖਾਜੂਗੀ ਤੇ ਕਿਲੋ ਉਹ ਵੇਲੇ ਕਿਲੋ ਵੇਲੇ ਦਾਣਾ ਖਾਜੂਗੀ ਹਨਾ ਤੇ ਬਹੁਤਾ ਆਹ ਆਪਾਂ ਨੂੰ ਫੀਡਾਂ ਪਿੱਛੇ ਜਾਣ ਦੀ ਲੋੜ ਨਹੀਂ ਆ ਕਾਫ ਗਰੋਵਰ ਆ ਜੀ ਆ ਕਾਫ ਸਟਾਰਟਰੇ ਖਰਚੇ ਪੈ ਜਾਂਦੇ ਆ ਮਹਿੰਗੇ ਬਹੁਤੀਆਂ ਮਹਿੰਗੀਆਂ ਕੱਟੀਆਂ ਲੈਣ ਦੀ ਲੋੜ ਨਹੀਂ ਹਾਂ ਥੋੜਾ ਜਿਹਾ ਬਾਡੀ ਸਟਰਕਚਰ ਵੀ ਥੋੜਾ ਜਿਹਾ ਪਿੱਛੋਂ ਚੌੜੀਆਂ ਜਾਂ ਕੰਨ ਦਾ ਹਾਂ ਸਿੰਘ گول ਹੋਣਾ ਨਾ ਇੰਨਾ ਖਿਆਲ ਰੱਖ ਕੇ ਖਰੀਦ ਲਓ ਬਹੁਤ ਕੁਝ ਮਿਲ ਜਾਂਦਾ ਵੀਰੇ ਇੱਕ ਵਾਰੀ ਜਾ ਕੇ ਬਾਹਰੇ ਨਿਕਲ ਕੇ ਦੇਖੋ ਤੇ ਬਹੁਤੇ ਰੁਪਏ ਲਾਉਣ ਦੀ ਲੋੜ ਨਹੀਂ ਹੈਗੀ ਆਪਾਂ ਵਪਾਰੀਆਂ ਕੋਲੇ ਜਾਣ ਜਾਇਦ ਰੁਤੇ ਦੀ ਬਜਾਏ ਸਿੱਧਾ ਥੋੜਾ ਜਿਹਾ ਪਿੰਡ ਦੇ ਵਿੱਚ ਚਲੇ ਜਾਓ ਨਾ 2 ਰੁਪਏ ਦਲਾਲਾਂ ਨੂੰ ਦੇ ਦਿਓ ਇਹ ਸੋ ਮਿਲ ਜਾਂਦਾ ਬਹੁਤ ਕੁਝ 10 15000 ਦੇ ਵਿੱਚ ਦੀ ਕੱਟੀ ਵਧੀਆ ਮਿਲਦੀ ਆ ਤੇ ਹੁਣ ਤੁਸੀਂ ਲਾ ਲਓ ਵੀ 2 ਕਿਲੋ ਦਾਣਾ ਦਾਣੇ ਚ ਕੀ ਖਾਣਾ ਹੋਵੇ ਕਣਕ ਪਾ ਲਓ ਕਣਕ ਦਾ ਚੋਕਰ ਪਾ ਲਓ ਐਵੇਂ ਆ ਫੀਡ ਬਣਵਾ ਲਓ ਫੀਡ ਬਣਵਾ ਲਓ ਭਾਈ 35 38 ਰੁਪਏ 32 ਰੁਪਏ ਫੀਡ ਪੈ ਜਾਂਦੀ ਆ ਉਹਦਾ ਵੀ ਕੋਈ ਫੰਡਾ ਨਹੀਂ ਹੈਗਾ ਤੇ ਅਚਾਰ ਵਾਲੀ ਗੱਲ ਦੇਖੋ ਅਚਾਰ ਮਿਲਦਾ ਤਾਂ ਆਵਦਾ ਅਚਾਰ ਹੈਗਾ ਤਾਂ ਬਹੁਤ ਚੰਗਾ 1.5 2 ਰੁਪਏ ਕਿਲੋ ਨਹੀਂ 5 6 ਰੁਪਏ ਕਿਲੋ ਹੋ ਬਣਦਾ ਕਰ ਕਰਾ ਕੇ 50 55 60000 ਦੇ ਵਿੱਚ ਸਾਰਾ ਕੁਝ ਕਰਕੇ ਤੁਹਾਡੀ ਇੱਕ ਕੱਟੀ ਆ ਜਿਹੜੀ ਤੁਸੀਂ ਲਈ ਆ ਉਹ ਝੋਟੀ ਬਣ ਕੇ ਤਿਆਰ ਹੋ ਜਾਂਦੀ ਆ ਹਨਾ ਅੱਜ ਮੌਜੂਦਾ ਸਮੇਂ ਦੀ ਆਪਾਂ ਗੱਲ ਕਰ ਲਈਏ 10 ਤੋਂ 12 ਕਿਲੋ ਦੇ ਵਿੱਚ ਆਲੀ ਪਹਿਲਣ ਝੋਟੀ ਲੱਖ ਰੁਪਏ ਨੂੰ ਹੱਥ ਪੋਲਾ ਜਾਈ ਮਾਰ ਦਿੰਦੀ ਆ ਤੇ ਜੇਕਰ ਆਪਾਂ ਤੁਸੀਂ ਲਾ ਲਓ 15 15000 ਰੁਪਏ ਦੀਆਂ ਹੀ 10 ਕੱਟੀਆਂ ਲੈ ਲਈਆਂ 1.5 ਲੱਖ ਰੁਪਇਆ ਹੋ ਗਿਆ ਕਿੱਡੀ ਕਿ ਕਿੱਡੀ ਕਿ ਸਮੱਸਿਆ ਨਾ ਕੋਈ ਟਾਈਮ ਤੇ ਖੋਲਣ ਬੰਨਣ ਵਾਲੀ ਸਮੱਸਿਆ ਕੋਈ ਫੰਡਾ ਹੀ ਨਹੀਂ ਹੈਗਾ ਉਸ ਚੀਜ਼ ਦਾ ਪਰ ਆਪਾਂ ਥੋੜਾ ਜਿਹਾ ਇਸ ਲਈ ਕਰ ਜਨਾਂ ਵੀ ਖਰਚੇ ਪੈਂਦੇ ਆ ਜੀ ਦੁੱਧ ਵੀ ਨਹੀਂ ਹੈਗਾ ਪਰ ਵੀਰੇ ਸਾਰੀ ਕੈਲਕੂਲੇਸ਼ਨ ਉਸ ਗੱਲ ਦੀ ਕਰਕੇ ਦੇਖੋ ਤੇ ਜਦੋਂ ਉਹ ਵੇਕ ਦਿਆਂ ਹੁਣ ਤੁਹਾਡੀਆਂ 10 ਕਟੀਆਂ ਲਾ ਲਓ ਹਨਾ 10 ਕਟੀਆਂ 10 ਲੱਖ ਰੁਪਏ ਦੇ ਆ ਵੇਕੀਆਂ ਕਿੰਨਾ ਦਾ ਖਰਚਾ ਹੋ ਗਿਆ 5 ਲੱਖ ਹੋ ਗਿਆ 6 ਲੱਖ ਹੋ ਗਿਆ ਪਰ ਉਹ ਸਾਲ 1.5 ਸਾਲ ਦੇ ਵਿੱਚ ਵੀਰੇ ਤੁਹਾਨੂੰ 4-5 ਲੱਖ ਰੁਪਈਆ ਛੱਡ ਵੀ ਗਈਆਂ ਉਹਦੇ ਨਾਲ ਚਾਹੇ ਤੁਸੀਂ ਆਪ ਦਾ ਲੋਡ ਦੇ ਹਿਸਾਬ ਨਾਲ ਟੀਨਾ ਜੀਆਂ ਦਾ ਸ਼ੈੱਡ ਪਾ ਲਓ ਚਾਹੇ ਭਾਈ ਉਹ ਦੂਜਾ ਉਹ ਆ ਜਿਹੜਾ ਕਾਨਿਆਂ ਜਾਂਦਾ ਸਿਸਟਮ ਸਰਕਟਾ ਜਾਂ ਅੱਜ ਕੱਲ੍ਹ ਚੱਲਦਾ ਹਨ ਉਹ ਤਾਂ ਤੁਹਾਡੇ 20-25 ਪਸ਼ੂ ਵੀ ਖੜਾ ਦਊਗਾ 5-6 ਲੱਖ ਰੁਪਈਏ ਦੇ ਸ਼ੈੱਡ ਦੇ ਵਿੱਚ ਤੇ ਸੋ ਇਹ ਗੱਲਾਂ ਨੇ ਇੱਕਦਮ ਨੀ ਜੇਬਾਂ ਭਰਦੀਆਂ ਹੁੰਦੀਆਂ ਸਮਾਂ ਲੱਗਦਾ ਉਹਨਾਂ ਚੀਜ਼ਾਂ ਨੂੰ ਬਾਰੇ ਥੋੜਾ ਜਿਹਾ ਜੇ ਆਪਾਂ ਇਸ ਗੱਲ ਦੇ ਉੱਪਰ ਆ ਕੇ ਚੱਲੀਏ ਤੇ ਕਿ ਆਪਾਂ ਨੂੰ ਥੋੜਾ ਜਿਹਾ ਗੱਲ ਛੱਡ ਕੇ ਹਰ ਚੀਜ਼ ਪਸ਼ੂ ਨੇ ਵੀ ਸੂਣਾ ਗਊ 9 ਮਹੀਨੇ ਬਾਅਦ ਸੂਗੀ ਸਮਾਂ ਲੈਂਦੀ ਆ ਮੱਝ 10 ਮਹੀਨੇ ਬਾਅਦ ਸੂਗੀ ਫਸਲ 6 ਮਹੀਨੇ ਬਾਅਦ ਪੱਕਦੀ ਆ ਕਈ ਸਾਲ ਬਾਅਦ ਹੀ ਪੱਕਦੀਆਂ ਨੇ ਹਨਾ ਸਮਾਂ ਹਰ ਚੀਜ਼ ਨੂੰ ਚਾਹੀਦਾ ਹੈਗਾ ਉਹਨੇ ਇੱਕ ਵਾਰੀ ਇਸ ਗੱਲ ਤੇ ਗੌਰ ਕਰਿਓ ਕੱਟੀਆਂ ਵਾਲੇ ਮਸਲੇ ਦੇ ਵਿੱਚ ਇਹ ਪਾਲ ਕੇ ਜਾਂ ਬੱਚੀਆਂ ਪਾਲ ਕੇ ਹਨਾ ਬੱਚੀਆਂ ਵੀ ਲੱਖ ਸਵਾ ਲੱਖ ਤੋਂ ਥੱਲੇ ਨਹੀਂ ਹੈਗੀਆਂ ਜਿਹੜੀਆਂ ਬੱਚੀਆਂ 20 ਕਿਲੋ ਦੁੱਧ ਤੇ ਪਹਿਲੇ ਸੂਏ ਚੱਲ ਜਾਂਦੀਆਂ ਨੇ ਤੇ ਸੋ ਖਾਂਦੀਆਂ ਖਰਚਾ ਉਹਨਾਂ ਨਹੀਂ ਹੈ ਇਹ ਤਾਂ ਆਪਾਂ ਨੇ ਇੱਕ ਹਉਆ ਬਣਾ ਲਿਆ ਵੀ ਪੰਜਾਬ 'ਚ ਕੰਮ ਨਹੀਂ ਹੈ ਜਾਂ ਫਿਰ ਪਸ਼ੂਆਂ ਦੇ ਧੰਦੇ ਵਿੱਚ ਕੁਝ ਨਹੀਂ ਹੈ ਵੀਰੇ ਇੱਕ ਵਾਰੀ ਕਰਕੇ ਦੇਖੋ ਤੇ ਉਸ ਤੋਂ ਬਾਅਦ ਦੇਖੋ ਉਹ ਦੇਖਾ ਦੇਖੇ ਵਾਲੀ ਜਿਹੜੇ ਲੋਕਾਂ ਨੇ ਗੱਲ ਕਰਨੀ ਉਹਨਾਂ ਨੇ ਤਾਂ ਰੌਲਾ ਪਾਈ ਜਾਣਾ ਪਰ ਜਿਹਨਾਂ ਨੇ ਕੰਮ ਕਰਕੇ ਦੇਖਣਾ ਉਹਨਾਂ ਦਾ ਫਰਕ ਪੈ ਜਾਂਦਾ ਸੋ ਚਲੋ ਹੁਣ ਤੁਸੀਂ ਦੇਖੋ ਵੀਰੇ ਕਿਵੇਂ ਜੇ ਗੱਲ ਬਣਦੀ ਆ ਥੋਡੂੰ ਲੱਗੀ ਗੱਲ ਸਹੀ ਗੱਲ ਲੱਗੀ ਤੁਹਾਨੂੰ ਮੜ ਜਾ ਇਸ ਗੱਲ ਤੇ ਤਾਂ ਸੋਚ ਵਿਚਾਰ ਕਰਿਓ ਵਿਚਾਰ ਤੋਂ ਬਿਨਾ ਕੁਛ ਨਹੀਂ ਹੈਗਾ ਵਿਚਾਰ ਕਰਨਾ ਪਊਗਾ ਆਪਾਂ ਨੂੰ ਆਮਦਨ ਦੇ ਸਾਧਨ ਬਣਾਉਣੇ ਪੈਣੇ ਆ ਕੋਈ ਨਾ ਕੋਈ ਧੰਦਾ ਕਰਨਾ ਪੂ ਤਾਂ ਆਪਾਂ ਆਪਣੇ ਕਾਰੋਬਾਰੀ ਧੰਦੇ ਪਿਤਾ ਪੁਰਖੀ ਧੰਦੇ ਖੇਤੀ ਜਾਂ ਪਸ਼ੂ ਪਾਲਣ ਦੇ ਵਿੱਚੋਂ ਕਿਉਂ ਨਾ ਆਪਾਂ ਕੰਮ ਲੱਭੀਏ ਕੰਮ ਬਹੁਤਾ ਚਲੋ ਬਾਕੀ ਠੀਕ ਆ ਬਾਈ ਧੰਨਵਾਦ